ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਤੇ ਮੈਂ ਆ ਸੁਖਪਿੰਦਰ ਸ਼ਿਰਗਿੱਲ। ਅੱਜ ਜਿਸ ਮੁੱਦੇ ਤੇ ਗੱਲ ਕਰਨੀ ਹੈ ਉਹ ਹੈ ਯੂਪੀ ਦੇ ਵਿੱਚ ਜਿਹੜੀ ਲਖੀਮਪੁਰ ਘਟਨਾ ਵਾਪਰੀ ਹੈ, ਉਸ ਤੋਂ ਬਾਅਦ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਹਿਲਜੁਲ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਜਿੱਥੇ ਇਸ ਘਟਨਾ ਦੀ ਆਲੋਚਨਾ ਹੋ ਰਹੀ ਹੈ ਤਾਂ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਕਈ ਤਰ੍ਹਾਂ ਦੇ ਇਲਜ਼ਾਮ ਨੇ ਜਿਹੜੀ ਸੱਤਾ ਧਿਰ ਪਾਰਟੀ 'ਤੇ ਲਾ ਰਹੀਆਂ ਨੇ। ਅਤੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਹੋਰਾਂ ਦਾ ਬਿਆਨ ਆਇਆ, ਜਿਸ ਦੇ ਵਿੱਚ ਉਹ ਕਹਿੰਦੇ ਆ ਕਿ ਸਖ਼ਤ ਸਜ਼ਾਵਾਂ ਨੇ ਜਿਹੜੀਆਂ ਦੋਸ਼ੀਆਂ ਨੂੰ ਦੇਣੀਆਂ ਚਾਹੀਦੀਆਂ ਨੇ। ਉਸ ਤੋਂ ਬਾਅਦ ਜਿਹੜੇ ਯੋਗੀ ਨੇ ਉਹਨਾਂ ਦਾ ਵੀ ਜਿਹੜਾ ਕਹਿਣਾ ਕਿ ਕਾਰਵਾਈ ਸਾਰਿਆਂ 'ਤੇ ਹੋਵੇਗੀ। ਅਤੇ ਅਖਿਲੇਸ਼ ਯਾਦਵ ਨੇ ਜਿਹੜੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ, ਪ੍ਰਿਯੰਕਾ ਗਾਂਧੀ ਨੂੰ ਲੈ ਲਿਆ ਜਾਂਦਾ, ਅਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਹੈ ਉਹ ਵੀ ਜਾਣ ਦੀ ਮੰਗ ਕਰ ਰਿਹਾ, ਅਤੇ ਪੰਜਾਬ ਦੇ ਮੁੱਖ ਮੰਤਰੀ ਵੀ ਮੰਗ ਕਰ ਰਹੇ ਨੇ। ਅਤੇ ਦੂਸਰੇ ਪਾਸੇ ਜਿਹੜਾ ਪੰਜਾਬ ਦੇ ਨਾਲ ਜੁੜਿਆ ਦੂਜਾ ਵੱਡਾ ਮੁੱਦਾ ਉਹ ਹੈ ਬੇਅਦਬੀ ਦਾ ਮੁੱਦਾ, ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਲਗਾਤਾਰ ਆਪਣਾ ਸਟੈਂਡ ਹੈ ਜਿਹੜਾ ਉਹ ਬਰਕਰਾਰ ਰੱਖੇ ਹੋਏ ਨੇ। ਪਰ ਇਸ ਦੌਰਾਨ ਇੱਕ ਟਵੀਟ ਉਹਨਾਂ ਦਾ ਹੋਰ ਵੀ ਆਇਆ, ਜਿਸ ਦੇ ਵਿੱਚ ਉਹ ਕਹਿੰਦੇ ਆ ਕਿ ਉਹ ਜਿਹੜੀ ਗਾਂਧੀ ਪਰਿਵਾਰ ਦੀ ਜੈ ਜੈਕਾਰ ਕਰੀ ਜਾਣਗੇ। ਅਤੇ ਪਿਛਲੇ ਸਮੇਂ ਦੌਰਾਨ ਗਾਂਧੀ ਪਰਿਵਾਰ 'ਤੇ ਕਈ ਤਰ੍ਹਾਂ ਦੇ ਜਿਹੜੇ ਵੱਡੇ ਇਲਜ਼ਾਮ ਨੇ ਉਹ ਲੱਗਦੇ ਰਹੇ ਨੇ, ਪਰ ਇਸ ਸਭ ਦੇ ਬਾਵਜੂਦ ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਬੇਅਦਬੀਆਂ 'ਤੇ ਵੀ ਇਨਸਾਫ ਮਿਲਣਾ ਚਾਹੀਦਾ, ਅਤੇ ਉਹ ਗਾਂਧੀ ਪਰਿਵਾਰ ਦੀ ਵੀ ਜਿਹੜੀ ਜੈ ਜੈਕਾਰ ਕਰਨਗੇ। ਇਹਨਾਂ ਮੁੱਦਿਆਂ 'ਤੇ ਗੱਲਬਾਤ ਕਰਾਂਗੇ। ਅਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਜੀ। ਭੱਟੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਬਹੁਤ ਬਹੁਤ। ਭੱਟੀ ਸਾਹਿਬ, ਸਭ ਤੋਂ ਪਹਿਲਾਂ ਸਵਾਲ ਇਹੀ ਹੈ ਕਿ ਲਖੀਮਪੁਰ ਜਿਹੜੀ ਘਟਨਾ ਵਾਪਰੀ, ਉਸ ਤੋਂ ਬਾਅਦ ਜਿਹੜੀ ਨਾਰਾਜ਼ਗੀ ਆ ਕਿਸਾਨਾਂ ਦੇ ਵਿੱਚ ਹੈ ਹੀ ਆ, ਉੱਥੇ ਹੀ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹਨਾਂ ਨੇ ਵੀ ਜਿਹੜੀ ਲਗਾਤਾਰ ਯੋਗੀ ਆਦਿੱਤਿਆਨਾਥ ਸਰਕਾਰ ਹੋਵੇ, ਭਾਵੇਂ ਮੋਦੀ ਸਰਕਾਰ ਹੋਵੇ, ਉਸ ਨੂੰ ਘੇਰਿਆ ਅਤੇ ਜਿਹੜੀ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਹੈ। ਤਾਂ ਸੰਯੁਕਤ ਕਿਸਾਨ ਮੋਰਚੇ ਨੇ ਵੀ ਕਿਹਾ ਕਿ ਜਿਹੜੇ ਸੁਪਰੀਮ ਕੋਰਟ ਦੇ ਜੱਜ ਨੇ ਉਹ ਇਸ ਚੀਜ਼ ਦੀ ਜਾਂਚ ਕਰਨ, ਆ ਕੇ ਜਿਹੜਾ ਉੱਤਰ ਪ੍ਰਦੇਸ਼ ਪ੍ਰਸ਼ਾਸਨ ਹੈ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਸ਼ੇਖਗਿੱਲ ਸਾਹਿਬ, ਦੇਖੋ, ਬੜੀ ਦੁਖਦਾਈ ਘਟਨਾ ਹੈ ਅਤੇ ਕੁਦਰਤੀ ਨੇ ਰਿਐਕਸ਼ਨ ਹੋਣੇ ਇਸ ਤਰੀਕੇ ਦੇ, ਅਤੇ ਜਿਸ ਤਰੀਕੇ ਨਾਲ ਉਹ ਗਏ ਉੱਥੇ ਪ੍ਰਿਯੰਕਾ ਅਤੇ ਅਖਿਲੇਸ਼ ਵਗੈਰਾ, ਉਹ ਤਾਂ ਪਤਾ ਹੀ ਸੀ ਜੀ ਕਿ ਇਹਨਾਂ ਨੂੰ ਰੋਕ ਲੈਣਾ। ਮਤਲਬ ਜਿਹੜੀ ਇਹ 'ਚ ਡਿਸਟਰਬਿੰਗ ਜਿਹੜੀਆਂ ਚੀਜ਼ਾਂ ਨੇ ਨਾ, ਭਗਵੰਤ ਮਾਨ ਉਹਨਾਂ ਦਾ ਬਿਆਨ ਵੀ ਬਿਲਕੁਲ ਸਹੀ ਹੈ, ਅਕਾਲੀਆਂ ਦਾ ਵੀ ਬਣਦਾ ਜਾਣਾ ਉੱਥੇ। ਦੁਖਦਾਈ ਗੱਲ ਇਹ ਕਿ ਪੰਜਾਬੀਆਂ ਦੇ ਉੱਪਰ ਵਿੱਚ ਇੱਕ ਨੋਟਿਸ ਜਾਂ ਮੈਂ ਦੇਖਿਆ ਕਿ ਪਾਬੰਦੀ ਲਾਈ ਆ, ਉਹ ਐਂਟਰ ਨਹੀਂ ਕਰ ਸਕਦੇ। ਇਹਦਾ ਮਤਲਬ ਮੁਲਕ ਦੇ ਵਿੱਚ ਵੰਡ ਤਾਂ ਪਾਤੀ ਹੈ ਜੀ। ਸੋ ਜਿੱਥੇ ਤੱਕ ਜਾਂਚ ਦੀ ਗੱਲ ਹੈ, ਦੇਖੋ, ਅਕਸਰ ਜਿਹੜੇ ਸਾਡੇ ਆਮ ਤੌਰ 'ਤੇ ਲਿਬਰਲ ਡੈਮੋਕਰੈਟਿਕ ਲੋਕ ਨੇ, ਉਹ ਹਮੇਸ਼ਾ ਇਹਨਾਂ ਚੀਜ਼ਾਂ ਨੂੰ ਕੰਡੈਮ ਕਰਦੇ ਨੇ ਵੀ ਇਹ ਸ਼ੇਮਫੁੱਲ ਹੈ ਜੀ, ਮੋਰਲ ਰਾਈਟ ਖਤਮ ਹੋ ਗਿਆ ਜੀ, ਇਹ ਸੁਪਰੀਮ ਕੋਰਟ ਤੋਂ ਜਾਂਚ ਕਰਾਈ ਜਾਵੇ। ਪਹਿਲੀ ਗੱਲ ਤਾਂ ਇਹ ਕਿ ਸਰਕਾਰ ਹੈ ਜਿਹੜੀ, ਇਹ ਤੁਰੰਤ ਦਫਾ ਕਰਨੀ ਚਾਹੀਦੀ ਹੈ। ਸੈਂਟਰਲ ਗੌਰਮੈਂਟ ਨੂੰ ਚਾਹੀਦਾ ਹੈ ਕਿ ਯੋਗੀ ਨੂੰ ਜਾਂ ਜਿਹੜਾ ਮੰਤਰੀ ਹੈ ਉਹਦੇ ਬੇਟੇ ਨੂੰ ਫੜ ਕੇ ਅੰਦਰ ਕਰਨ ਜੀ। ਅਨਫਾਰਚੁਨੇਟ ਚੀਜ਼ ਇਹ ਹੈ ਕਿ ਸਾਡੀ ਜਿਹੜੀ ਅਪੋਜੀਸ਼ਨਸ ਨੇ ਉਹ ਬੜੀ ਵੀਕ ਹੋ ਗਈ ਹੈ। ਮਤਲਬ ਉਹ ਮੇਰਾ ਖਿਆਲ ਹੈ ਵੀ ਜਿਵੇਂ ਡੇਟ ਐਕਸਪਾਇਰ ਹੋ ਜਾਂਦੀ ਹੈ ਨਾ, ਅਪੋਜੀਸ਼ਨ ਪਾਰਟੀਆਂ ਦੀ ਹਾਲਤ ਇਸ ਤਰ੍ਹਾਂ ਦੀ ਹੈ ਜੀ। ਉਹਨਾਂ ਦੀ ਨੀਅਤ 'ਤੇ ਕੋਈ ਰੌਲਾ ਨਹੀਂ ਹੈ, ਪਰ ਉਹਨਾਂ ਦੀ ਕਪੈਸਿਟੀ ਹੋਈ ਨਹੀਂ ਹੈ ਜੀ, ਕਿਉਂਕਿ ਲੋਕ ਉਹਨਾਂ ਨੂੰ ਛੱਡ ਕੇ ਕਿਸਾਨ ਮੋਰਚੇ ਦੇ ਵਿੱਚ ਸਰਗਰਮ ਹੋ ਗਏ ਨੇ। ਸੋ ਮੈਨੂੰ ਇਸ ਤਰੀਕੇ ਦੇ ਨਾਲ ਇਹ ਗੱਲ ਲੱਗਦੀ ਹੈ ਕਿ ਘੱਟੋ ਘੱਟ ਜੋ ਵੀ ਗੌਰਮੈਂਟ ਦਾ ਰਿਜ਼ਾਈਨ ਹੋਣਾ ਚਾਹੀਦਾ, ਇਹਨਾਂ ਦੇ ਅੰਡਰ ਕੋਈ ਵੀ ਜਾਂਚ ਜਿਹੜੀ ਹੋਊਗੀ ਜੀ, ਉਹ ਅਸੀਂ ਜਾਂਚਾਂ ਦੇਖਦੇ ਹਾਂ ਮੁਲਕ ਦੇ ਵਿੱਚ ਜਿਸ ਤਰ੍ਹਾਂ ਸਾਡੇ ਹੁੰਦੀਆਂ ਨੇ, ਉਹਦਾ ਕੋਈ ਮਤਲਬ ਨਹੀਂ ਨਿਕਲੂਗਾ। ਪਰ ਮੈਂ ਅੱਗੋਂ ਕਹਿੰਦਾ ਕਿ ਜਾਂਚ ਕਰਨ ਦੀ ਲੋੜ ਕੀ ਹੈ ਜੀ, ਸਾਰੇ ਐਵੀਡੈਂਸ ਤਾਂ ਸਾਹਮਣੇ ਨੇ ਜੀ, ਸਾਰੀਆਂ ਗਵਾਹੀਆਂ ਟੀ ਵੀ ਦੇ ਉੱਪਰ ਲੋਕ ਜਸ਼ਨਦੀਪ ਗਵਾਹ ਸਾਰਾ ਕੁਝ ਦੱਸ ਰਹੇ ਨੇ। ਇੱਕ ਹਫ਼ਤਾ ਪਹਿਲਾਂ ਜਿਹੜਾ ਮੰਤਰੀ ਹੈ ਉਹਨੇ ਬਿਆਨ ਦਿੱਤਾ ਹੋਇਆ ਜੀ, ਉਸ ਬਿਆਨ ਨੂੰ ਬਕਾਇਦਾ ਪਲੈਨ ਕਰਕੇ ਫੋਲੋ ਅਪ ਹੋ ਕੇ ਉਹ ਐਕਸ਼ਨ ਕੀਤਾ ਗਿਆ, ਗੱਡੀਆਂ ਉੱਪਰ ਚਾੜੀਆਂ ਗਈਆਂ ਨੇ, ਬੈਕ ਸਾਈਡ ਤੋਂ ਚਾੜੀਆਂ ਗਈਆਂ ਨੇ ਜੀ, ਫਿਰ ਪੁਲਿਸ ਹੈ ਜਿਹੜੀ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬਚਾ ਕੇ ਲੈ ਕੇ ਗਈ ਹੈ। ਜਾਂਚ ਕਿਸ ਤੋਂ ਕਰਾਉਣੀ ਹੈ ਜੀ, ਪਰ ਕਿਸ ਚੀਜ਼ ਦੀ ਜਾਂਚ ਕਰਨੀ ਹੈ ਜੀ, ਉਹਨਾਂ ਨੂੰ ਫੜਨ, ਸਜ਼ਾਵਾਂ ਦੇਣ ਉਹਨਾਂ ਨੂੰ, ਅਤੇ ਜਿਹੜੇ ਉਹਦੇ, ਕਈ ਵਾਰ ਕੀ ਹੁੰਦਾ ਕਿ ਅਸੀਂ ਨਾ ਸਿਮਟਮ ਦਾ ਇਲਾਜ ਕਰ ਲੈਂਦੇ ਹਾਂ ਜੀ, ਉਹ ਤਾਂ ਬੱਚਾ ਕੋਈ ਐਵੇਂ, ਮਤਲਬ ਜਿਵੇਂ ਮੰਤਰੀਆਂ ਦੇ ਬੱਚੇ ਚਾਂਭਲੇ ਹੁੰਦੇ ਨੇ, ਉਹਨੇ ਚਮਲਾਇਆ ਹੋਣਾ ਉਸ ਤਰੀਕੇ ਦੇ ਨਾਲ ਜੀ, ਇਹ ਤਾਂ ਇੱਕ ਸਿਮਟਮ ਹੈ ਜੀ, ਬੱਚੇ ਨੂੰ ਸਜ਼ਾ ਦੇ ਵੀ। ਗੱਲ ਤਾਂ ਕਿ ਜਿਹੜਾ ਸਿਸਟਮ ਬਣ ਚੁੱਕਿਆ ਜੀ, ਕਿ ਤੁਸੀਂ ਲੋਕਾਂ ਦੇ ਵਿੱਚ ਨਫ਼ਰਤ ਫੈਲਾਓ, ਔਰ ਉਹ ਨਫ਼ਰਤ ਦੇ ਨਾਲ ਕੀ ਕਰੋ, ਪੁਲਿਸ ਨੂੰ ਕਹੋ ਗੁੰਡੇ ਆਪਣੇ ਭੇਜੋ, ਪੁਲਿਸ ਉਹਨਾਂ ਗੁੰਡਿਆਂ ਨੂੰ ਪ੍ਰੋਟੈਕਸ਼ਨ ਦੇਵੇ ਜੀ। ਇਹ ਮਤਲਬ ਇੱਕ ਦੰਗਿਆਂ ਦੀ ਸਾਡੀ ਜਿਹੜੀ ਸਟੇਟ ਹੈ ਉਹਦੀ ਇੱਕ ਸਟ੍ਰੈਟਜੀ ਬਣ ਚੁੱਕੀ ਹੈ ਜੀ, ਕਿ ਉਹ ਤੋਂ ਬਾਅਦ ਦੋ ਦਿਨ ਰੌਲਾ ਪਊਗਾ, ਫਿਰ ਮੀਡੀਆ ਨੂੰ ਪਹਿਲਾਂ ਹੀ ਪਲੈਨ ਕੀਤਾ ਹੁੰਦਾ। ਮਤਲਬ ਕੱਲ੍ਹ ਦਾ ਮੈਂ ਦੇਖ ਰਿਹਾ ਕਿ ਆਈ ਟੀ ਸੈੱਲ ਵੱਲੋਂ ਟਵਿੱਟਰ ਦੇ ਉੱਪਰ, ਸੋਸ਼ਲ ਮੀਡੀਆ ਦੇ ਉੱਪਰ, ਟੀ ਵੀ ਦੇ ਉੱਪਰ ਕਿ ਜੀ ਉਹਨਾਂ ਨੇ ਪੱਥਰ ਮਾਰੇ, ਕਿਸਾਨ ਨਹੀਂ ਜੇ ਗੁੰਡੇ ਹੈ, ਇਹ ਕੌਣ ਕਰ ਰਿਹਾ ਜੀ, ਸਾਡੇ ਸਾਹਮਣੇ ਹੈ ਸਾਰਾ ਕੁਛ, ਔਰ ਇਹਦੀ ਕੀ ਜਾਂਚ ਕਰਨੀ ਹੈ ਜੀ।
ਸੋ ਪੋਲੀਟੀਕਲ ਪਾਰਟੀਜ਼ ਨੇ ਜਿਹੜੀਆਂ ਉਹਨਾਂ ਨੂੰ ਵੀ ਪਹਿਲੀ ਗੱਲ ਤਾਂ ਇਕੱਠੇ ਹੋਣਾ ਚਾਹੀਦਾ ਆਪ ਜਿੰਨੇ ਵੀ ਉਹ ਮਾੜੇ ਮੋਟੇ ਹੈਗੇ ਨੇ ਇਕੱਠੇ ਹੋ ਕੇ ਉਹ ਸਿੰਪਲੀ ਇਹ ਮੰਗ ਕਰਨ ਕਿ ਜੇ ਸਰਕਾਰ ਹੈ ਜਿਹੜੀ ਉਹ ਪਾਸੇ ਕੀਤਾ ਜਾਵੇ ਨਹੀਂ ਕੀਤਾ ਗਿਆ ਤਾਂ ਜਿਹੜਾ ਰੀਅਲ ਖਤਰਾ ਜੀ ਜਿਹੜਾ ਪੋਲੀਟੀਸ਼ੀਅਨਸ ਨਹੀਂ ਦੇਖ ਰਹੇ ਤਾਂ ਲੋਕ ਇਹਨਾਂ ਨੂੰ ਲਾ ਕੇ ਪਾਸੇ ਕਰ ਦੇਣਗੇ ਔਰ ਮੁਲਕ ਇੱਕ ਜਿਹੜੀ ਅਨਸਟੋਪੇਬਲ ਵਾਇਲੈਂਸ ਦੇ ਵਿੱਚ ਲੈ ਜਾਊਗਾ ਹਮੇਸ਼ਾ ਲਈ ਜੀ। ਪਤਾ ਨਹੀਂ ਮੈਨੂੰ ਨਹੀਂ ਸਮਝ ਆਉਂਦੀ ਕਿ ਇਹਨਾਂ ਨੂੰ ਕਿਹਨੇ ਕਿੱਥੇ ਲੋਕ ਪੜ੍ਹੇ ਨੇ ਕੀ ਇਹਨਾਂ ਦਾ ਤਜਰਬਾ ਹੈ। ਇਹ ਜਿਹੜੀ ਸਰਕਾਰਾਂ ਨੇ ਜਿਹੜੀਆਂ ਹਰਿਆਣੇ ਦੀ ਬੀਜੇਪੀ ਦੀਆਂ ਸਰਕਾਰਾਂ ਜਿੱਥੇ ਵੀ ਹੈਗੀਆਂ ਨੇ ਇਹਨਾਂ ਦੇ ਬਿਲਕੁਲ ਸਾਹਮਣੇ ਮਾਡਲ ਇੱਕ ਨਜ਼ਰ ਆ ਰਿਹਾ ਹੈ ਕਿ ਪਹਿਲਾਂ ਇਹ ਮਹਾਰਾਸ਼ਟਰ 'ਚ ਹੋਇਆ, ਤੁਸੀਂ ਸੈਂਟਰਲਾਈਜ਼ ਕਰ ਰਹੇ ਹੋ, ਉੱਥੇ ਉਹਨਾਂ ਨੇ ਤੁਹਾਡੇ ਨਾਲੋਂ ਹਟ ਕੇ ਗੌਰਮੈਂਟ ਬਣਾ ਲਈ ਔਰ ਤੁਹਾਡਾ ਜਲੂਸ ਕੱਟ ਕੇ ਰੱਖ ਦਿੱਤਾ। ਸੇਮ ਪੋਜੀਸ਼ਨ ਬੰਗਾਲ 'ਚ ਹੋਈ ਜੀ। ਇਹ ਜਿਹੜਾ ਅਸੀਂ ਇਹਦਾ ਕੇਂਦਰੀਕਰਨ ਕਰ ਰਹੇ ਹਾਂ ਹਿੰਦੁਸਤਾਨ ਦਾ, ਹਿੰਦੁਸਤਾਨ ਦੇ ਵਿੱਚ ਜਿਹੜੇ ਰੀਜਨਲ ਜਿਹੜੀਆਂ ਲੀਡਸ ਨੇ ਉਹ ਜ਼ਿਆਦਾ ਅਸਰਟਿਵ ਹੋ ਰਹੀਆਂ ਨੇ ਸਾਰੀ ਦੁਨੀਆ ਨੂੰ ਦਿਖ ਰਿਹਾ ਹੈ ਜੀ। ਔਰ ਇਹਨੂੰ ਮਤਲਬ ਲੋਕਾਂ ਨੇ ਹੋਰ ਕਿਸੇ ਚੀਜ਼ 'ਤੇ ਵੀ ਲੋਕ ਹਿੰਦੁਸਤਾਨ ਦੇ ਸਹਿਮਤ ਹੋ ਜਾਣ, ਜਿਹੜੀ ਬੀਜੇਪੀ ਹੈ ਇਹਨਾਂ ਨੂੰ ਸੋਲ ਸਰਚਿੰਗ ਕਰਨੀ ਚਾਹੀਦੀ, ਇਹਨਾਂ ਨੂੰ ਛੱਡ ਕੇ ਚੁੱਪ ਕਰਕੇ ਜਿਹੜੇ ਸਨਿਆਸੀ ਸਨਿਊਸੀ ਇਹਨਾਂ ਦੇ ਹੈਗੇ ਨੇ ਉਹਨਾਂ ਦੇ ਡੇਰਿਆਂ 'ਚ ਚਲੇ ਜਾਣੇ ਨੇ, ਅਦਰਵਾਈਜ਼ ਲੋਕ ਇਹਨਾਂ ਨੂੰ ਕੁੱਟ ਕੇ ਉੱਥੇ ਸਿਟਿਆਉਣਗੇ। ਇਹ ਤਾਂ ਸ਼ੁਕਰ ਹੈ ਪਰਮਾਤਮਾ ਦਾ ਕਿ ਹਿੰਦੁਸਤਾਨ ਦੀ ਇੱਕ ਬਹੁਤ ਵੱਡੀ ਸੰਸਕ੍ਰਿਤੀ ਹੈ ਕਿ ਲੋਕ ਵਾਇਲੈਂਟ ਨਹੀਂ ਹੋ ਰਹੇ। ਕੋਈ ਹੋਰ ਮੁਲਕ ਹੁੰਦਾ ਤਾਂ ਇਹਨਾਂ ਨੇ ਲੱਭਣਾ ਨਹੀਂ ਸੀ ਹੁਣ ਤੱਕ। ਅਤੇ ਸਾਡੇ ਲੋਕਾਂ ਦਾ ਮੈਂ ਸਮਝਦਾ ਕਿਸਾਨਾਂ ਦਾ ਖਾਸ ਕਰਕੇ ਸਬਰ ਹੈ ਬਹੁਤ ਵੱਡਾ, ਜਿਹਦੇ ਕਰਕੇ ਇਹ ਅਜੇ ਤੱਕ ਮੈਨੂੰ ਲੱਗਦਾ ਕਿ ਅਜੇ ਤੱਕ ਇਹ ਤੁਰੇ ਫਿਰ ਰਹੇ ਨੇ ਜੀ। ਕਿਤੇ ਵੀ ਹੋਰ ਹੁੰਦਾ ਤਾਂ ਮਤਲਬ ਇਹ, ਪਰ ਇਹ ਵੀ ਤੱਕ ਰਹੇ ਨੇ ਹਰ ਇੱਕ ਕਦਮ ਇਹਨਾਂ ਦਾ, ਹਰ ਇੱਕ ਬਿਆਨ, ਹਰ ਇੱਕ ਐਕਸ਼ਨ ਮਤਲਬ ਮੁਲਕ ਨੂੰ ਸਿਵਲ ਵਾਰ ਵੱਲ ਤੱਕ ਰਿਹਾ ਔਰ ਮੁਲਕ ਨੂੰ ਟੁਕੜੇ ਕਰਨ ਵੱਲ ਤੱਕ ਰਿਹਾ। ਤੁਸੀਂ ਦੇਖੋ ਨਾ, ਇੱਕ ਇੱਕ ਸਟੇਟ ਦੇ ਲੋਕਾਂ 'ਤੇ ਪਾਬੰਦੀ ਵੀ ਲਾ ਰਹੇ ਹੋ ਕਿ ਦੂਜੇ ਸਟੇਟ 'ਚ ਜਾ ਨਹੀਂ ਸਕਦੇ ਜੀ। ਪਹਿਲਾਂ ਵੀ ਇਹ ਜਦੋਂ ਪੰਜਾਬ ਤੋਂ ਕਿਸਾਨ ਹਰਿਆਣੇ ਦੇ ਵਿੱਚ ਦੀ ਲੰਘ ਰਹੇ ਸੀ ਉਦੋਂ ਵੀ ਇਹੀ ਕੰਮ ਕੀਤਾ ਸੀ ਕਿ ਇਹਦਾ ਮਤਲਬ ਇਹ ਸੈਪਰੇਟਿਸਟਾਂ ਦੀਆਂ ਗੌਰਮੈਂਟਾਂ ਨੇ, ਜਿਹਨਾਂ ਨੂੰ ਕੰਸਟੀਟਿਊਸ਼ਨ ਦੀ ਇੰਨੀ ਵੀ ਸ਼ਰਮ ਨਹੀਂ ਹੈ ਕਿ ਹਰ ਇੱਕ ਇੰਡੀਅਨ ਹੈ ਜਿਹੜਾ ਉਹਦਾ ਹੱਕ ਹੈ ਜੀ। ਹੁਣ ਤੁਸੀਂ ਉੱਥੇ ਉਹ ਇੰਨੇ ਬੰਦੇ ਮਾਰਤੇ ਨੇ ਗੱਡੀਆਂ ਚੜਾ ਕੇ, ਤੁਸੀਂ ਅਫਸੋਸ ਕਰਨ ਵੀ ਨਹੀਂ ਦੇਣ ਜਾ ਰਹੇ ਲੋਕਾਂ ਨੂੰ। ਇੱਕ ਹਿਊਮਨ ਸੈਂਸਿਟੀਵਿਟੀ ਵੀ ਹੁੰਦੀ ਹੈ, ਨਹੀਂ ਤਾਂ ਅੰਗਰੇਜ਼ ਵੀ ਨਹੀਂ ਸੀ ਕਰਦੇ। ਮਤਲਬ ਲਾਸ਼ਾਂ ਉੱਥੇ ਸੜਕਾਂ 'ਤੇ ਖੇਤਾਂ ਦੇ ਵਿੱਚ ਪਈਆਂ ਨੇ ਔਰ ਤੁਸੀਂ ਪ੍ਰੋਟੈਕਸ਼ਨ 'ਚ ਲੱਗੇ ਹੋਏ ਹੋ ਆਪਣੇ 'ਚ ਜੀ, ਪਰ ਕਿੰਨੀ ਕੁ ਦੇਰ ਕਿਸ ਤੋਂ ਪ੍ਰੋਟੈਕਟ ਕਰ ਲੈਣਗੇ ਇਹ? ਜੇ ਹੋਰ ਕੁਛ ਨਹੀਂ ਤਾਂ ਉੱਪਰ ਪਰਮਾਤਮਾ ਤਾਂ ਦੇਖਦਾ ਹੈ ਨਾ। ਜਿਹੜੇ ਪੁੰਨ ਭਾਵ ਨੇ ਇਹ, ਚਲੋ ਹੋਰ ਲੋਕ ਨਾ ਮੰਨਦੇ ਹੋਣ, ਜਿਹੜੇ ਹਿੰਦੂਆਂ ਦੇ ਵਿੱਚ ਤਾਂ ਕਰਮ ਫਲ ਪੱਕਾ ਲਿਖਿਆ ਹੋਇਆ ਗ੍ਰੰਥਾਂ ਦੇ ਵਿੱਚ ਨਾ ਜੀ, ਇਹ ਤਾਂ ਭੁਗਤਣਾ ਹੀ ਪੈਣਾ, ਇਹ ਤਾਂ ਕਿਤੇ ਭੱਜ ਸਕਦੇ ਹੀ ਨਹੀਂ ਇਹਦੇ ਤੋਂ। ਸੋ ਇਸ ਕਰਕੇ ਹੈ ਕਿ ਪਰਮਾਤਮਾ ਨੂੰ ਰਲ ਕੇ ਅਰਦਾਸ ਕਰੀਏ। ਇੱਕ ਤਾਂ ਜਿਹੜੇ ਵੀ ਚਲੋ ਪਰਿਵਾਰਾਂ ਦਾ, ਦੇਖੋ ਇੱਕ ਦੋ ਭੈਣਾਂ ਦਾ ਇੱਕ ਭਰਾ ਸੀ ਸਕਾ ਜੀ, ਜਿਹੜੇ ਵੀ ਉਹ ਉਹਨਾਂ ਦਾ ਪਹਿਲੀ ਗੱਲ ਤਾਂ ਪਰਮਾਤਮਾ ਸੁੱਖ ਸ਼ਾਂਤੀ ਉਹਨੂੰ ਦੇਵੇ। ਫਿਰ ਇਹ ਹੈ ਕਿ ਕਿਸਾਨ ਲੀਡਰਸ਼ਿਪ ਨੂੰ ਸਮਰੱਥਾ ਦੇਵੇ ਪਰਮਾਤਮਾ ਕਿ ਉਹ ਵਾਇਲੈਂਟ ਨਾ ਹੋਣ ਜੀ। ਜਿਹੜਾ ਰੀਅਲ ਡਰ ਇਹ ਹੈ ਕਿ ਇਹ ਵਾਇਲੈਂਸ ਵੱਧ ਸਕਦੀ ਹੈ ਔਰ ਸਰਕਾਰ ਸਮਝਦੀ ਹੈ ਵੀ ਵਾਇਲੈਂਟ ਹੋ ਜੂ ਤਾਂ ਅਸੀਂ ਇਹਨੂੰ ਸੰਭਾਲ ਲਾਂਗੇ। ਕਿੰਨੀ ਵਾਰ ਹਰਿਆਣੇ 'ਚ ਹੋਇਆ, ਤੁਸੀਂ ਫੜ ਲੈਂਦੇ ਹੋ, ਉਹ ਤੁਹਾਨੂੰ ਘੇਰ ਲੈਂਦੇ ਨੇ, ਤੁਸੀਂ ਮੱਥਾ ਟੇਕ ਕੇ ਛੱਡ ਦਿੰਦੇ ਹੋ। ਸੋ ਇਨਕੰਪੀਟੈਂਟ ਗੌਰਮੈਂਟਾਂ ਨੇ, ਇਹ ਸਿਰਫ ਕਮਿਊਨਲਿਜ਼ਮ ਇਹਨਾਂ ਦਾ ਏਜੰਡਾ। ਸੋ ਇਹਨਾਂ ਨੂੰ ਜਿੰਨੀ ਜਲਦੀ, ਪਤਾ ਨਹੀਂ ਪਰਮਾਤਮਾ ਕਿਸ ਤਰ੍ਹਾਂ ਕਰੂਗਾ, ਨਹੀਂ ਤਾਂ ਲੋਕ ਕਰ ਦੇਣਗੇ ਜ਼ਰੂਰ, ਇਹ ਜਿੰਨੀ ਜਲਦੀ ਦਫਾ ਹੋਣ ਚੰਗਾ ਹੈ ਜੀ, ਤਾਂ ਇਨਸਾਫ ਦਾ ਰਾਜ ਹੋਊਗਾ। ਇਹ ਹੁਣ ਇਨਸਾਫ ਦਾ ਰਾਜ ਨਹੀਂ ਹੈ, ਜੋ ਕੋਈ ਇਨਕੁਆਇਰੀ ਕਰ ਲੈਣ, ਕੁਛ ਕਰ ਲੈਣ, ਕਿਸੇ ਦਾ ਭਰੋਸਾ ਨਹੀਂ ਇਹਨਾਂ 'ਤੇ ਜੀ। ਪੋਲੀਟੀਸ਼ੀਅਨ ਨੂੰ ਤਾਂ ਵਿਚਾਰਿਆਂ ਨੂੰ ਗ੍ਰਾਮਰ ਜੀ 'ਚ ਬੋਲਣਾ ਪੈਂਦਾ ਉਵੇਂ, ਪਰ ਸੱਚੀ ਗੱਲ ਇਹ ਹੈ ਕਿ ਐਵਰੇਜ ਬੰਦਾ ਵੀ ਸਤਿਆ ਹੋਇਆ, ਦੁਖੀ ਹੈ, ਇਹ ਸ਼ੁਕਰ ਹੈ ਕਿ ਉਹ ਵਾਇਲੈਂਟ ਨਹੀਂ ਹੋ ਰਿਹਾ, ਸਰਕਾਰ ਵਾਇਲੈਂਸ ਕਰ ਰਹੀ ਹੈ ਜੀ। ਸੋ ਇਹ ਮੇਰਾ ਖਿਆਲ ਇਹ ਹੈ ਕਿ ਆਪਾਂ ਨੂੰ ਰਲ ਕੇ ਸਾਰਿਆਂ ਨੂੰ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ ਸੁੱਖ ਸ਼ਾਂਤੀ ਬਣੀ ਰਹੇ ਔਰ ਪਰਮਾਤਮਾ ਸੰਭਾਲੇ ਲੋਕਾਂ ਨੂੰ। ਗੌਰਮੈਂਟ ਨੇ ਤਾਂ ਛੱਡਤੇ ਨੇ ਸਾਰੇ, ਰੁੜ ਹੀ ਰਹੇ ਨੇ ਜੀ। ਪੱਟੀ ਸਾਹਿਬ, ਇੱਕ ਚੀਜ਼ ਹੋਰ, ਪੰਜਾਬ ਦੇ ਵਿੱਚ ਬੇਅਦਬੀ ਦਾ ਜਿਹੜਾ ਮੁੱਦਾ ਹੈ ਉਹ ਬਹੁਤ ਵੱਡਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਪਾਰਟੀ ਦੇ ਸੱਤਾ ਦੇ ਵਿੱਚ ਜਾਣ ਦੇ ਵਿੱਚ ਅਹਿਮ ਭੂਮਿਕਾ ਜਿਹੜੀ ਨਿਭਾਈ ਸੀ, ਉਸ ਤੋਂ ਬਾਅਦ ਹੁਣ ਕਾਂਗਰਸ ਉੱਤੇ ਵੀ ਵੱਡੇ ਇਲਜ਼ਾਮ ਲੱਗ ਰਹੇ ਨੇ ਅਤੇ ਨਵਜੋਤ ਸਿੰਘ ਸਿੱਧੂ ਹੋਰੀ ਕਹਿ ਰਹੇ ਨੇ ਕਿ ਜਿਹੜੀਆਂ ਨਵੀਆਂ ਨਿਯੁਕਤੀਆਂ ਹੋਈਆਂ ਨੇ ਉਹ ਗਲਤ ਨੇ ਅਤੇ ਜੇਕਰ ਅਸੀਂ ਇਹਨਾਂ ਨੂੰ ਨਹੀਂ ਬਦਲਦੇ ਤਾਂ ਅਸੀਂ ਕਿਸ ਮੂੰਹ ਦੇ ਲਈ ਮੂੰਹ ਦੇ ਨਾਲ ਲੋਕਾਂ ਦੇ ਵਿੱਚ ਜਾਵਾਂਗੇ। ਅਤੇ ਪਰ ਇੱਥੇ ਇਸ ਮੁੱਦੇ 'ਤੇ ਉਹਨਾਂ ਨੇ ਅਸਤੀਫਾ ਵੀ ਦੇ ਦਿੱਤਾ, ਪਰ ਇੱਕ ਟਵੀਟ ਉਹਨਾਂ ਦਾ ਹੋਰ ਆਉਂਦਾ ਜਿਸ ਦੇ ਵਿੱਚ ਉਹ ਕਹਿੰਦੇ ਆ ਕਿ ਮੈਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਨਾਲ ਖੜ੍ਹਾ ਰਹਾਂਗਾ ਅਤੇ
ਪਰ ਬੇਅਦਬੀ ਦੇ ਮੁੱਦੇ ਤੇ ਉਹਨਾਂ ਦਾ ਸਟੈਂਡ ਹੈ ਕਿ ਮੈਨੂੰ ਇਨਸਾਫ ਚਾਹੀਦਾ। ਤਾਂ ਦੋਵੇਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਗਾਂਧੀ ਪਰਿਵਾਰ ਤੇ ਬੜੇ ਗੰਭੀਰ ਇਲਜ਼ਾਮ ਲੱਗਦੇ ਆ, ਸ਼੍ਰੇਆਮ ਬਹੁਤ ਸਾਰੇ ਲੋਕ ਨੇ, ਆਮ ਲੋਕ ਨੇ, ਹੋਰ ਉਹਨਾਂ ਦੇ ਵਿਰੋਧੀ ਵੀ ਨੇ, ਇਹ ਕਹਿੰਦੇ ਕਿ ਗਾਂਧੀ ਪਰਿਵਾਰ ਨੇ ਕਦੇ ਵੀ ਪੰਜਾਬ ਨਾਲ ਇਨਸਾਫ ਨਹੀਂ ਕੀਤਾ। ਤਾਂ ਇੱਕ ਪਾਸੇ ਗਾਂਧੀ ਪਰਿਵਾਰ ਦੇ ਵਫਾਦਾਰ ਹੋਣ ਦੀ ਉਹ ਗੱਲ ਕਹਿੰਦੇ ਆ, ਅਤੇ ਦੂਸਰੇ ਪਾਸੇ ਅਸਤੀਫਾ ਵੀ ਇਸ ਗੱਲ 'ਤੇ ਦੇ ਦਿੰਦੇ ਆ ਕਿ ਬੇਅਦਬੀਆਂ 'ਤੇ ਇਨਸਾਫ ਚਾਹੀਦਾ। ਦੋਵੇਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਸ਼ੇਰਗਿੱਲ ਸਾਹਿਬ, ਦੇਖੋ ਮੈਂ ਤਾਂ ਪਹਿਲੇ ਦਿਨ ਤੋਂ ਹੀ ਗੱਲ ਸਮਝਦਾ ਕਿ ਬੜਾ ਇਮੋਸ਼ਨਲ ਇਸ਼ੂ ਹੈਗਾ ਬੇਅਦਬੀ ਹੋਈ ਮਹਾਰਾਜ ਦੀ, ਅਤੇ ਪਰ ਇਹ ਸਿਆਸੀ ਮਸਲਾ ਹੈ ਜੀ, ਇਹ ਧਾਰਮਿਕ ਨਹੀਂ ਹੈ ਜੀ। ਇਹ ਜਾਣ ਬੁੱਝ ਕੇ ਇਲੈਕਸ਼ਨਾਂ ਤੋਂ 4-5 ਮਹੀਨੇ 6 ਮਹੀਨੇ ਪਹਿਲਾਂ ਖੜ੍ਹਾ ਕੀਤਾ ਜਾਂਦਾ, ਫਿਰ ਸਾਰੇ ਸੌਂ ਜਾਂਦੇ ਨੇ, ਸੀਟਾਂ ਬਣ ਜਾਂਦੀਆਂ ਨੇ, ਉਹ ਪਤਾ ਨਹੀਂ ਕਿੱਥੇ ਚਲੀਆਂ ਜਾਂਦੀਆਂ ਨੇ, ਜਿਹੜੇ ਪਰਿਵਾਰਾਂ ਦੇ ਬੱਚੇ ਮਾਰੇ ਗਏ, ਸ਼ਹੀਦ ਹੋ ਗਏ, ਜਿਹੜੇ ਨੇ ਸਫ਼ਰ ਕੀਤਾ, ਜਿਹੜੇ ਪੁਲਿਸ ਅਫਸਰ ਵੀ ਉਹਦੇ ਲਪੇਟ 'ਚ ਆ ਗਏ, ਉਹਦੇ ਅਕੋਰਡਿੰਗਲੀ ਤਾਂ ਮਤਲਬ ਉਹ ਤਾਂ ਵਿਚਾਰੇ ਭੁਗਤਦੇ ਰਹਿੰਦੇ ਨੇ ਜੀ। ਮਤਲਬ ਉਹਨਾਂ ਸਾਰਿਆਂ ਨੇ ਭੁਗਤਿਆ, ਜਿਹੜੇ ਪ੍ਰੋਟੈਸਟ ਔਰਗੇਨਾਈਜ਼ ਕਰਨ ਵਾਲੇ ਸੀ, ਜਿਹੜੇ ਪੁਲਿਸ ਅਫਸਰ ਵੀ ਸੀ, ਉਹਨਾਂ ਨੇ ਵੀ ਭੁਗਤਿਆ, ਉਹਨਾਂ ਨੂੰ ਵੀ। ਪਰ ਇਹ ਸੁੱਤਾ ਇਹ ਏਜੰਡਾ ਜਿਹੜਾ, ਇਹ ਮਤਲਬ ਇਹਨੂੰ ਅੰਡਰ ਕਾਰਪੇਟ ਕਰ ਲਿਆ ਜਾਂਦਾ, ਫਿਰ ਕੱਢ ਲਿਆ ਜਾਂਦਾ ਜੀ, ਫਿਰ ਸਾਰਿਆਂ ਨੂੰ ਯਾਦ ਆ ਜਾਂਦਾ ਜੀ ਕਿਹੜੀ ਸੀਟ ਬਣੀ ਸੀ, ਕਿਹਨੇ ਕੀ ਕਿਹਾ ਸੀ, ਕਿਹਨੇ ਕੀ ਨਹੀਂ ਸੀ ਕਿਹਾ। ਸੋ ਹੁਣ ਵੀ ਉਹੀ ਹੋ ਰਿਹਾ, ਜਿਹੜਾ ਕਾਂਗਰਸ ਦਾ ਮੈਨੀਫੈਸਟੋ ਸੀ ਉਹ ਤਾਂ ਘਰ ਘਰ ਰੁਜ਼ਗਾਰ ਦਾ ਵੀ ਸੀ ਮਸਲਾ ਜੀ, ਸਿੱਧੂ ਸਾਹਿਬ ਵੀ ਸਿਰਫ ਇਹੀ ਇੱਕ ਇਮੋਸ਼ਨਲ ਮਸਲਾ ਚੱਕ ਰਹੇ ਨੇ। ਦੂਜੀ ਚੀਜ਼ ਮੈਨੂੰ ਇਹ ਲੱਗਦੀ ਹੈ ਕਿ ਸਿੱਧੂ ਸਾਹਿਬ ਦਾ, ਦੇਖੋ ਮੈਂ ਤਾਂ ਆਪ ਬੜਾ ਫੈਨ ਹਾਂ ਕਿ ਬਹੁਤ ਅੱਛੇ ਪਲੇਅਰ ਨੇ ਜੀ, ਔਰ ਬਹੁਤ ਅੱਛੇ ਉਹ ਕਮੈਂਟੇਟਰ ਬਣੇ ਉਹ ਤੋਂ ਬਾਅਦ, ਬਹੁਤ ਅੱਛਾ ਉਹਨਾਂ ਨੇ ਉਹ ਲਾਫਟਰ ਚੈਨਲ ਕਿਹੜਾ, ਉੱਥੇ ਵੀ ਉਹ ਸਭ ਤੋਂ ਉੱਚੀ ਹੱਸਦੇ ਨੇ ਬੈਠ ਕੇ ਜੀ। ਪਰ ਇਹ ਜਿਹੜੀ ਸਾਡੀ ਇਹ ਬਿਰਤੀ ਹੈ ਨਾ ਸਾਡੇ ਲੋਕਾਂ ਦੀ ਜਾਂ ਸਿਆਸੀ ਪਾਰਟੀਆਂ ਦੀ ਜਾਂ ਖੁਦ ਵਿਅਕਤੀਆਂ ਦੀ ਵੀ ਉਹਨਾਂ ਦੀ, ਕਿ ਮੈਂ ਇੱਕ ਚੀਜ਼ ਦੇ ਵਿੱਚ ਕਾਮਯਾਬ ਹਾਂ ਤਾਂ ਮੈਂ ਸਾਰੀਆਂ 'ਚ ਹੀ ਕਾਮਯਾਬ ਹੋ ਜਾਊਂਗਾ, ਇੰਪੋਸੀਬਲ ਜੀ। ਸਿੱਧੂ ਸਾਹਿਬ ਠੀਕ ਹੈ, ਉਹਨਾਂ ਨੇ ਕਿਹਾ, ਮੈਂ ਉਹਦੀ ਵੀਡੀਓ ਸੁਣੀ ਕਿ 17 ਸਾਲ ਉਹ ਸਿਆਸਤ ਦਾ ਉਹਨਾਂ ਦਾ ਐਕਸਪੀਰੀਅੰਸ ਹੈ, ਮੈਨੂੰ ਨਹੀਂ ਲੱਗਦਾ ਕਿ ਉਹ ਸਿਆਸੀ ਲੀਡਰ ਨੇ ਜੀ। ਇਹ ਵੱਡੀ ਗੱਲ ਹੈ ਜਿਹੜੀ ਮੈਂ ਕਹਿ ਰਿਹਾ, ਕਾਂਗਰਸ ਦਾ ਪੰਜਾਬ ਦਾ ਪ੍ਰੈਜੀਡੈਂਟ ਹੋਵੇ, ਉਹਨਾਂ ਦਾ ਸੁਭਾਅ ਸਿਆਸੀ ਨਹੀਂ ਹੈ ਜੀ। ਦੇਖੋ ਆਪਣੇ ਲਾਈਫ ਦੇ ਵਿੱਚ ਇਮਾਨਦਾਰ ਹੋਣਾ, ਚੰਗੇ ਹੋਣਾ, ਸਾਰਾ ਕੁਛ ਠੀਕ ਹੈ, ਇੱਕ ਤਾਂ ਇਹ ਕਿ ਉਹਨਾਂ ਨੇ ਕੋਈ ਪਾਰਟੀ ਛੱਡੀ ਨਹੀਂ, ਕੋਈ ਲੀਡਰ ਨਹੀਂ ਛੱਡਿਆ ਜਿਹਦੇ ਸੋਲੇ ਨਹੀਂ ਗਾਏ ਜੀ, ਉਨੇ ਹੀ ਜ਼ੋਰ ਨਾਲ ਜਿਹਨੂੰ ਗਾਲਾਂ ਨਹੀਂ ਕੱਢੀਆਂ। ਸੋ ਇਸ ਕਰਕੇ ਉਹਨਾਂ ਨੂੰ ਆਪਣੀ ਕ੍ਰੈਡੀਬਿਲਟੀ ਬਾਰੇ ਸੋਚਣਾ ਚਾਹੀਦਾ, ਪਹਿਲੀ ਗੱਲ ਤਾਂ ਇਹ ਜੀ। ਦੇਖੋ ਕੈਪਟਨ ਸਾਹਿਬ ਨੂੰ ਲਾਇਆ, ਹਾਈ ਕਮਾਂਡ ਲਾਉਣਾ ਚਾਹੁੰਦੇ ਸੀ, ਇਹਨਾਂ ਨੂੰ ਉਹਨਾਂ ਨੇ ਯੂਜ਼ ਕਰ ਲਿਆ ਜੀ, ਇਹ ਬਣ ਨਹੀਂ ਸਕੇ ਜਿੱਦਾਂ ਦੇ ਸਕ ਬਣ ਜਾਂਦੇ ਠੀਕ ਸੀ, ਪਤਾ ਤਾਂ ਵੀ ਲੱਗ ਜਾਂਦਾ ਚਲੋ ਕੁਛ ਹੋ ਸਕਦਾ, ਅੱਛੇ ਐਡਮਿਨਿਸਟ੍ਰੇਟਰ ਸਾਬਤ ਹੋ ਜਾਂਦੇ, ਪਰ ਉਹ ਨਹੀਂ ਹੋ ਸਕੀ ਗੱਲ। 5 ਬੰਦੇ ਬਦਲੇ ਗਏ, 6ਵਾਂ ਬੰਦਾ ਚੰਨੀ ਬਣਾਇਆ, ਉਸੇ ਹਾਈ ਕਮਾਂਡ ਨੇ ਬਣਾਇਆ ਜੀ, ਉਹਨੇ ਆ ਕੇ ਉਹੀ ਪੁਲਿਸ ਅਫਸਰ ਅਤੇ ਉਹੀ ਜਿਹੜੇ ਕਾਨੂੰਨ ਵਾਲੇ ਬੰਦੇ ਸੀ ਉਹਨਾਂ ਨੂੰ ਮਤਲਬ ਦੁਬਾਰਾ ਨਿਯੁਕਤ ਕਰਤਾ। ਅੱਛਾ, ਇਹਨਾਂ ਬੰਦਿਆਂ 'ਚੋਂ ਨਿਯੁਕਤ ਕਰਨੇ ਨੇ ਜੀ, ਕੋਈ ਸਿੱਧੂ ਸਾਹਿਬ ਵੀ ਬੈਠੇ ਹੋਣ ਤਾਂ ਬਹੁਤ ਜ਼ਿਆਦਾ ਕੁਆਲੀਟੇਟਿਵ ਚੇਂਜ ਨਹੀਂ ਆ ਸਕੂਗੀ ਜੀ। ਪਰ ਹੁਣ ਜਿਹੜਾ ਇਹ ਕਹਿ ਰਹੇ ਨੇ ਕਿ ਮੈਂ ਹਾਈ ਕਮਾਂਡ ਜਾਂ ਜਿਹੜੀ ਹਾਈ ਕਮਾਂਡ ਹੈ, ਛੋਟੇ ਜਿਹੇ ਸੈਕਸ਼ਨ ਕਹਿ ਲਓ ਜਾਂ ਜੋ ਵੀ, ਹੁਣ ਮੈਨੂੰ ਤਾਂ ਪਤਾ ਨਹੀਂ ਉਹਨਾਂ ਦੀ ਹਾਈ ਕਮਾਂਡ 'ਚ ਕੌਣ ਕੌਣ ਹੈ, ਮਤਲਬ ਰਾਹੁਲ ਅਤੇ ਪ੍ਰਿਅੰਕਾ ਦਾ ਤਾਂ ਮੈਂ ਵਫ਼ਾਦਾਰ ਰਹਿਣਾ ਜੀ, ਅਤੇ ਚੰਨੀ ਮੇਰਾ ਵਫ਼ਾਦਾਰ ਰਹੇ, ਇਹਦਾ ਮਤਲਬ ਇਹ ਹੈ ਜੀ, ਮਤਲਬ ਸੁਪਰ CM ਬਣਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਨੇ, ਇਹ ਕਾਂਗਰਸ ਦੀ ਡਾਊਨਫਾਲ ਦਾ ਰਿਜ਼ਲਟ ਹੈ। ਕਾਂਗਰਸ ਜਥੇਬੰਦੀ ਦੇ ਤੌਰ 'ਤੇ ਬੇਸਿਕਲੀ ਇਹ ਹੈ, ਸਮੱਸਿਆ ਇਹ ਆ ਗਈ ਹੈ ਕਿ ਸਿੱਧੂ ਸਾਹਿਬ ਉਸ ਤਰ੍ਹਾਂ ਦੇ ਡਿਸਿਪਲਿਨ 'ਚ ਕਦੇ ਨਹੀਂ ਰਹੇ ਜੀ। ਉਹਨਾਂ ਦੀਆਂ ਇੰਟੈਂਸ਼ਨ ਸਾਰਾ ਕੁਛ ਬਹੁਤ ਅੱਛਾ ਹੋਊਗਾ ਕਿ ਲੋਕਾਂ ਕੋਲ ਅਸੀਂ ਜਾਵਾਂਗੇ, ਇਸ ਤਰੀਕੇ ਦੇ ਨਾਲ ਅਸੀਂ ਰੈਲੀਆਂ ਕਰਾਂਗੇ, ਸਾਰਾ ਕੁਛ ਕਰਾਂਗੇ, ਪਰ ਉਹ ਇਹ ਨਹੀਂ ਦੇਖ ਰਹੇ ਕਿ ਸਰਕਾਰ ਵੀ ਤਾਂ ਉਹਨਾਂ ਦੀ ਹੋਈ ਹੈ, ਸਰਕਾਰ ਅਤੇ ਪਾਰਟੀ ਦਾ ਇੱਕ ਰਿਸ਼ਤਾ ਵੀ ਹੁੰਦਾ ਜੀ। ਜਾਂ ਤਾਂ ਉਹ CM ਇਹਨਾਂ ਨੂੰ ਬਣਾ ਦੇਣ, ਵੈਸੇ ਇਹ ਉਹਨਾਂ ਦੀ ਵੀ ਮੂਰਖਤਾ ਹੈ ਕਿ ਜੇ ਵਾਅਦਾ ਕਰਿਆ ਸੀ ਤਾਂ ਇਹਨਾਂ ਨੂੰ CM ਬਣਾਉਂਦੇ, ਫਿਰ ਹੋਰ ਲੱਭਣ ਦੀ ਕੋਈ ਜ਼ਰੂਰਤ ਨਹੀਂ ਸੀਗੀ। ਅੱਛਾ, ਇਹ ਮੈਂ ਸਮਝਦਾ ਇਨਕਪੈਸਿਟੀ ਉਹਨਾਂ ਦੀ ਸੈਂਟਰ ਲੀਡਰਸ਼ਿਪ ਦੀ ਹੈ, ਇਹ ਸਿੱਧੂ ਸਾਹਿਬ ਦੋਸ਼ੀ ਨਹੀਂ ਹਨ, ਖਿਲਾਰਾ ਉਹਨਾਂ ਨੇ ਪਾਇਆ, ਸੰਭਾਲਣ ਦੀ ਜ਼ਿੰਮੇਵਾਰੀ ਹੁਣ ਇਹਨਾਂ 'ਤੇ ਲਾ ਰਹੇ ਨੇ, ਇਹ ਹੁਣ ਇੰਨਾ ਭਾਰ ਨਹੀਂ ਚੱਕ ਸਕਦੇ ਕਿ ਮਤਲਬ ਉਹੀ ਬੰਦੇ ਲੱਗ ਜਾਣ। ਇਸ ਕਰਕੇ ਉਹਨਾਂ ਨੇ ਠੀਕ ਹੀ ਕਿਹਾ ਕਿ ਮੈਂ ਮਤਲਬ ਹੁਣ ਕਿਸ ਮੂੰਹ ਦੇ ਨਾਲ ਅਸੀਂ ਕਹੀਏ ਵੀ ਸੇਮ ਅਫਸਰ ਨੇ ਜਿਹੜੇ ਉਹੀ ਇਨਕੁਆਇਰੀ ਕਰਨਗੇ ਤਾਂ ਅਸੀਂ ਲੋਕਾਂ ਨੂੰ ਕੀ ਕਹਾਂਗੇ ਜਾ ਕੇ ਜੀ। ਮਤਲਬ ਗੱਲ ਤਾਂ ਇਹ ਠੀਕ ਹੈ ਇੱਕ ਲੈਵਲ ਦੇ ਉੱਪਰ, ਪਰ ਇਹ ਹੈ ਕਿ ਸਰਕਾਰੀ ਚੀਜ਼ਾਂ ਨੇ ਜਿਹੜੇ ਸਰਕਾਰੀ ਤੰਤਰ ਨੇ ਉਹਨਾਂ ਨੂੰ ਜਾਂ ਤਾਂ ਉਹ ਅੰਦਰ ਬੈਠ ਕੇ ਕਰ ਲਿਆ ਕਰਨੇ ਗੱਲਾਂ, ਮੈਨੂੰ ਸਮਝ ਨਹੀਂ ਆਉਂਦੀ ਵੀ ਟਵੀਟ ਰਾਹੀਂ ਹੁੰਦੀਆਂ ਨੇ ਗੱਲਾਂ, ਬਾਹਰ ਰੌਲਾ ਪਾਉਂਦੇ ਨੇ ਲੋਕਾਂ 'ਚ, ਜੋ ਇੰਪਰੈਸ਼ਨ ਬਣ ਰਿਹਾ ਲੋਕਾਂ, ਜਿਸ ਤਰ੍ਹਾਂ ਬੱਚੇ ਲੜ ਪੈਂਦੇ ਨਾ ਆਪਸ ਦੇ ਵਿੱਚ ਖਿਡੌਣਿਆਂ ਪਿੱਛੇ, ਇਹ ਉਦਾਂ ਦਾ ਲੱਗਦਾ। ਅੱਛਾ, ਉਹ ਵੇਚ ਇਹ ਰਹੇ ਨੇ ਸਾਨੂੰ ਉਹ ਵੀ ਅਸੀਂ ਬਹੁਤ ਸਿੰਸੀਅਰ ਹਾਂ। ਦੇਖੋ 5 ਸਾਲ ਬੇਅਦਬੀ ਦਾ ਮਸਲਾ ਵੀ ਇੱਥੇ ਸੀ, ਸਿੱਧੂ ਸਾਹਿਬ ਵੀ ਇੱਥੇ ਸੀ, ਰੰਧਾਵਾ ਸਾਹਿਬ ਵੀ ਇੱਥੇ ਸੀ, ਚੰਨੀ ਵੀ ਇੱਥੇ ਸੀ ਜੀ, ਕਿਸੇ ਨੂੰ ਕੁਛ ਨਹੀਂ ਯਾਦ ਆਇਆ ਜੀ।
ਸੋ ਹੁਣ ਜਿਹੜਾ ਵਾਰ ਵਾਰ ਯਾਦ ਆ ਰਿਹਾ ਉਹ ਇਹ ਕਿ ਮਤਲਬ ਕੌਣ ਵੱਡਾ ਲੱਗੇ, ਅਗਲਾ ਸੀਐਮ ਕੌਣ ਬਣੇ ਜੀ। ਵੈਸੇ ਕਾਂਗਰਸ ਨੂੰ ਅਜੇ ਵੀ ਚਾਹੀਦਾ ਕਿ ਜੇ ਇੰਨੀ ਉਹਨਾਂ ਦੀ ਕੋਈ ਵੱਡੀ ਮਜਬੂਰੀ ਹੈ ਤਾਂ ਇਹਨਾਂ ਨੂੰ ਸੀਐਮ ਬਣਾ ਦਿੰਦੇ ਜੀ। ਫਿਰ ਵੀ ਦੋ ਤਿੰਨ ਮਹੀਨੇ 'ਚ ਹੋਣਾ ਕੁਛ ਨਹੀਂ ਸੀ, ਚੰਨੀ ਸਾਹਿਬ ਤੋਂ ਵੀ ਕੁਛ ਨਹੀਂ ਹੋਣਾ, ਉਹ ਵਿਚਾਰੇ ਬੜੀ ਸੰਸਾਇਟੀ ਨਾਲ ਆਪਣਾ ਸਾਈਕਲ ਚੁੱਕਣ 'ਤੇ ਚੜ੍ਹ ਕੇ ਜੋ ਵੀ ਕਰ ਸਕਦੇ ਨੇ ਕਰਦੇ ਫਿਰ ਰਹੇ ਨੇ। ਪਰ ਕਾਂਗਰਸ ਨੇ ਪ੍ਰੈਕਟੀਕਲੀ ਪੰਜਾਬ ਦੇ ਵਿੱਚ ਸੁਇਸਾਈਡ ਕਮਿਟ ਕਰ ਲਈ ਹੈ ਪੋਲੀਟੀਕਲ, ਇਹਨਾਂ ਨੂੰ ਕਿਸੇ ਨੇ ਵੋਟਾਂ ਨਹੀਂ ਪਾਉਣੀਆਂ ਜੀ। ਪਰ ਮੈਨੂੰ ਇਹ ਲੱਗ ਰਿਹਾ ਇਹ ਅਰਲੀ ਹੈ ਜਿਹੜੀ ਗੱਲ ਮੈਂ ਕਹਿ ਰਿਹਾ, ਇੱਕ ਸਪਲਿਟ ਹੋਰ ਡਿਊ ਹੈ ਇਹਨਾਂ 'ਚ ਜੀ, ਕਾਂਗਰਸ ਹੋਰ ਅਜੇ ਖਿਲਰੂਗੀ ਮੇਰੇ ਹਿਸਾਬ ਦੇ ਨਾਲ। ਸੋ ਸਿੱਧੂ ਸਾਹਿਬ ਆਪਣਾ ਉਹ 'ਚ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵਿਚਾਰੇ ਇਮੋਸ਼ਨਲ ਹੋ ਕੇ, ਪਰ ਇਹ ਜਿਹੜੀਆਂ ਇਮੋਸ਼ਨਲ ਆਊਟਬਰਸਟ ਨੇ ਇਹਨਾਂ ਦਾ ਸਿਆਸਤ ਨਾਲ ਕੋਈ ਸੰਬੰਧ ਨਹੀਂ ਹੈ, ਇਹ ਕੋਈ ਸਿਆਸੀ ਆਗੂ ਵਾਲੀ ਬਿਹੇਵੀਅਰ ਨਹੀਂ ਹੈਗਾ ਮੇਰੇ ਹਿਸਾਬ ਦੇ ਨਾਲ। ਅਤੇ ਪਰ ਇਹਦੇ 'ਚ ਕਸੂਰਵਾਰ ਹੈ ਜਿਹੜੀ ਉਹ ਸੈਂਟਰਲ ਲੀਡਰਸ਼ਿਪ ਹੈ, ਜਿਹਦੇ ਵਫ਼ਾਦਾਰ ਕਹਿ ਰਹੇ ਨੇ ਆਪਣੇ ਆਪ ਨੂੰ, ਖਿਲਾਰਾ ਉੱਥੋਂ ਪਿਆ ਜੀ, ਇਹਨਾਂ ਨੂੰ ਯੂਜ਼ ਕਰ ਲਿਆ। ਪਰ ਇਹ ਹੁਣ ਮਤਲਬ ਇਸ ਇਮੋਸ਼ਨਲ ਕ੍ਰਾਈਸਿਸ ਦੇ 'ਚ ਪੁੱਛਿਆ ਵੀ ਕਿਸ ਮੂੰਹ ਦੇ ਨਾਲ ਜਾਂ ਕਿਸ ਤਰ੍ਹਾਂ ਕਹਿਣ, ਪਰਸਨਲ ਇਮਾਨਦਾਰੀ ਆਪਣੀ ਦਿਖਾ ਰਹੇ ਨੇ, ਉਹ ਅੱਛੀ ਚੀਜ਼ ਹੈ, ਪਰ ਸਿਆਸਤ ਨਾਲ ਇਹਦਾ ਕੋਈ ਸੰਬੰਧ ਨਹੀਂ। ਸੋ ਪਰਮਾਤਮਾ, ਮੈਨੂੰ ਤਾਂ ਲੱਗਦਾ ਵੀ ਸਿੱਧੂ ਸਾਹਿਬ ਨੂੰ ਉਹਨਾਂ ਦਾ ਅੱਛਾ ਕੈਰੀਅਰ ਦੁਬਾਰਾ ਉਹ ਆਪਣਾ ਜੁਆਇਨ ਕਰ ਲੈਣ। ਬਹੁਤ ਅੱਛੇ ਕਮੈਂਟੇਟਰ ਨੇ, ਪਲੇਅਰ ਬੜੇ ਅੱਛੇ ਨੇ, ਮਤਲਬ ਉਹ ਕਰ ਲੈਣਗੇ ਜਿਹੜੇ ਕੰਮ 'ਚ ਪੈਂਦੇ ਨੇ, ਕਰ ਵੀ ਲੈਂਦੇ ਨੇ ਇਸੇ ਗੱਲ ਨਹੀਂ। ਪਰ ਸਿਆਸਤ ਦੇ ਵਿੱਚ ਮੇਰਾ ਖਿਆਲ ਹੈ ਜਿਹੜਾ ਉਹਦਾ ਐਕਸਪੈਰੀਮੈਂਟ ਸੀ ਉਹ ਮੁੱਕਦਾ ਨਜ਼ਰ ਆ ਰਿਹਾ। ਠੀਕ ਹੈ, ਪ੍ਰਧਾਨ ਨੇ ਜੋ ਮਰਜ਼ੀ ਕਰਨਾ, ਅਸੀਂ ਐਸੇ ਸ਼ਿਪ ਦੇ ਪ੍ਰਧਾਨ ਬਣ ਗਏ ਨੇ ਜਿਹੜਾ ਡੁੱਬ ਰਿਹਾ, ਡੁਬਾਉਣ 'ਚ ਖੁਦ ਵੀ ਜ਼ਿਆਦਾ ਰੋਲ ਪਲੇ ਕਰ ਰਹੇ ਨੇ, ਕਾਫੀ ਐਕਟਿਵ ਜੀ। ਸੋ ਪਰਮਾਤਮਾ ਸਮਤ ਬਖਸ਼ੇ ਜੀ ਉਹਨਾਂ ਨੂੰ, ਤਾਂ ਇਹੀ ਲੱਗਦੀ ਹੈ ਜੀ। ਜੀ ਪੱਟੀ ਸਾਹਿਬ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ। ਇਹ ਸਨ ਸਾਡੇ ਨਾਲ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਜੀ, ਜਿਨ੍ਹਾਂ ਨੇ ਪੰਜਾਬ ਦੇ ਨਾਲ ਜੁੜੇ ਹੋਏ ਦੋ ਮੁੱਦਿਆਂ 'ਤੇ, ਕਿਸਾਨੀ ਦਾ ਮੁੱਦਾ ਅਤੇ ਬੇਅਦਬੀ ਦੇ ਮੁੱਦੇ 'ਤੇ ਆਪਣੇ ਵਿਚਾਰ ਰੱਖੇ ਨੇ। ਤੁਹਾਨੂੰ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੀ ਵਾਰ ਕਿਸੇ ਹੋਰ ਮੁੱਦੇ 'ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ, ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬਨੇਰਾ ਟੀਵੀ, ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਾਨ 'ਤੇ ਕਲਿੱਕ ਕਰੋ।